ਉਹ ਕਿਸੇ ਪਾਰਟੀ ਨਾਲ ਹੋ ਸਕਦੇ ਪਰ ਰਾਸ਼ਟਰ ਲਈ ਸਾਡੇ ਲਈ ਉਹ ਪ੍ਰਥਮ ਹੈ ਜਿਨ੍ਹਾਂ ਨੇ ਏਡੀ ਹਿੰਮਤ ਔਰ ਦਲੇਰੀ ਪੂਰੀ ਦੁਨੀਆ ਦੇ ਵਿਚ ਆ ਕੇ ਟੈਰਰਿਜ਼ਮ ਦੇ ਖਿਲਾਫ਼ ਪਾਕਿਸਤਾਨ ਨੂੰ ਅਮਰੀਕਾ ਕੈਨੇਡਾ ਸਭ ਜਗ੍ਹਾ ਤੇ ਨੰਗਾ ਕੀਤਾ ਇਹ ਸਾਡੀ ਬੜੀ ਵੱਡੀ ਕਾਮਯਾਬੀ ਹੈ ਕਦੀ ਇਹ ਨਾ ਸਮਝੋ ਕਿ ਨਰਿੰਦਰ ਮੋਦੀ ਬੀਜੇਪੀ ਦੇ ਨੇ ਟੈਰਰਿਜ਼ਮ ਦੀ ਲੜਾਈ ਦੀ ਮੈਂ ਗੱਲ ਕਰਦਾ ਉਹਦੇ ਚ ਉਹਨਾਂ ਦੀ ਨੀਤੀ ਸਮਰਥ ਹੈ ਉਹਨਾਂ ਦੀ ਬੜੀ ਵੱਡੀ ਇਹਦੇ ਚ ਕੋਸ਼ਿਸ਼ ਹੈ ਜਿਹੜਾ ਸਾਨੂੰ ਟਰੰਪ ਵੱਲੋਂ ਏਡਾ ਵੱਡਾ ਬੁਲਾਰਾ ਮਿਲਿਆ ਸਰ ਦੂਸਰਾ ਇਹ ਵੀ ਚਾਈਨਾ ਨੇ ਆਪਣਾ ਰਾਸ਼ਟਰਪਤੀ ਫੋਰਡ ਲਾਈਫ ਵਾਸਤੇ ਜਿੰਪਿੰਗ ਨੂੰ ਬਣਾਤਾ ਕੀ ਆਉਣ ਵਾਲੇ ਦਿਨਾਂ ਚ ਹਿੰਦੁਸਤਾਨ ਦੇ ਲੋਕਾਂ ਨੂੰ ਚਾਹੀਦਾ ਵੀ ਨਰਿੰਦਰ ਮੋਦੀ ਨੂੰ ਹੋਰ ਮੌਕਾ ਦੇਣ ਕਿਨੂੰ ਨਰਿੰਦਰ ਮੋਦੀ ਜੀ ਨੂੰ ਦੇਖੋ ਜੀ ਇਹ ਗੱਲਾਂ ਮੈਂ ਪੋਲੀਟੀਕਲ ਨਹੀਂ ਕਰਾਂਗਾ ਇਸ ਗੱਲ ਨਾਲ ਬਿਲਕੁਲ ਇਹ ਗੱਲ ਮੈਂ ਬਿਲਕੁਲ ਸਪਸ਼ਟ ਕਰਾਂਗਾ ਟੈਰਰਿਜ਼ਮ ਦੀ ਲੜਾਈ ਦੇ ਉੱਤੇ ਅੱਤਵਾਦ ਦੀ ਲੜਾਈ ਦੇ ਉੱਤੇ ਕਸ਼ਮੀਰ ਦੀ ਲੜਾਈ ਦੇ ਉੱਤੇ ਨਾਗਾਲੈਂਡ ਦੀ ਲੜਾਈ ਦੇ ਉੱਤੇ ਡੋਕਲਾਮ ਦੇ ਵਿੱਚ ਜੋ ਕੁਝ ਚਾਈਨਾ ਨੇ ਸਾਡੇ ਨਾਲ ਕੀਤਾ ਔਰ ਅਸੀਂ ਬੜੀ ਦਲੇਰੀ ਸਾਡੇ ਜਵਾਨਾਂ ਨੇ ਦਿਖਾਈ ਭਾਰਤ ਮਾਤਾ ਦੀ ਜਿਹੜੀਆਂ ਸਾਡੀਆਂ ਸੁਰੱਖਿਆ ਸਰਹੱਦਾਂ ਨੇ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹਦੇ 'ਚ ਮੈਂ ਜ਼ਰੂਰ ਕਹਾਂਗਾ ਦੇਣਾ ਨਾ ਦੇਣਾ ਇਹਦੇ 'ਚ ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰਦਾ ਸਵਾਲ ਤੁਸੀਂ ਬੜੇ ਵਧੀਆ ਪੁੱਛੇ ਮੈਂ ਜ਼ਰੂਰ ਕਹੂੰਗਾ ਕਿ ਪ੍ਰਥਮ ਰਾਸ਼ਟਰ ਹੈ ਨਾ ਪਾਰਟੀ ਨਾ ਜਾਤ ਨਾ ਧਰਮ ਨਾ ਮਜ਼ਹਬ ਪ੍ਰਥਮ ਰਾਸ਼ਟਰ ਰਾਸ਼ਟਰ ਪਹਿਲਾਂ ਬਾਕੀ ਉਸ ਤੋਂ ਬਾਅਦ ਅਸੀਂ ਸਾਰੇ ਆਉਂਦੇ ਉਹਦੇ 'ਚ ਸਭ ਨੂੰ ਮਿਲ ਕੇ ਚੱਲਣਾ ਸਰ ਤੀਸਰਾ ਹੈ ਵੀ ਜਿਹੜੀ ਬਾਰਡਰ ਤੇ ਅਣਲਾਨੀ ਲੜਾਈ ਹੈ ਪਾਕਿਸਤਾਨ ਦੀ ਜਾਂ ਚਾਈਨਾ ਵੱਲੋਂ ਹੋ ਰਹੀ ਹੈ ਜਾਂ ਇਹਦੇ ਤੇ ਆਪਣੇ ਹਿੰਦੁਸਤਾਨੀ ਫੌਜੀ ਦੀ ਜਿਹੜੀ ਸ਼ਹਾਦਤ ਦੀ ਗਿਣਤੀ ਵਧੀ ਹੈ ਤੇ ਅੱਤਵਾਦੀ ਵਿਰੋਧੀ ਫਰੰਟ ਕੀ ਸਰਕਾਰ ਤੋਂ ਮੰਗ ਕਰਦਾ ਵੀ ਉਹਨਾਂ ਨੂੰ ਉਚੇਚਾ ਹੋ ਦਿੱਤਾ ਜਾਵੇ ਜੀ ਗੱਲ ਬਿਲਕੁਲ ਸਪਸ਼ਟ ਕਰ ਰਿਹਾ ਇਹ ਚ ਕੋਈ ਸ਼ੱਕ ਨਹੀਂ ਕਿ ਸਾਡੇ ਜਵਾਨਾਂ ਦੀ ਸ਼ਹਾਦਤ ਜ਼ਿਆਦਾ ਹੋ ਰਹੀ ਹੈ ਪਰ ਇਹ ਵੀ ਗੱਲ ਨਾਲ ਹੈ ਜੇ ਸ਼ਹਾਦਤ ਹੋ ਰਹੀ ਤੇ ਅਸੀਂ ਪਾਕਿਸਤਾਨ ਨਾਲ ਗੱਲ ਵੀ ਕੋਈ ਨਹੀਂ ਕਰ ਰਹੇ ਪਾਕਿਸਤਾਨ ਤੋਂ ਇੱਕ ਗੋਲੀ ਚੱਲਦੀ ਅਸੀਂ 100 ਗੋਲੀ ਦਾ ਜਵਾਬ ਦਿੰਦੇ ਹਾਂ ਅਸੀਂ ਪਾਕਿਸਤਾਨ ਨੂੰ ਪੂਰਾ ਦੁਨੀਆ ਦੇ ਵਿੱਚ ਨੰਗਾ ਕਰ ਰਹੇ ਹਾਂ ਐਕਸਪੋਜ਼ ਕਰ ਰਹੇ ਹਾਂ ਤਾਂ ਹੀ ਤਾਂ ਅੱਜ ਅਮਰੀਕਾ ਨੇ ਇਹ ਗੱਲ ਕਹੀ ਵੀ ਪਾਕਿਸਤਾਨ ਦੇ ਵਿੱਚ ਘੁਸ ਕੇ ਟੈਰਰਿਸਟਾਂ ਨੂੰ ਮਾਰਾਂਗੇ ਇਹ ਸਾਡੀ ਬੜੀ ਵੱਡੀ ਕਾਮਯਾਬੀ ਹੈ ਅਸੀਂ ਪਾਕਿਸਤਾਨ ਨਾਲ ਕੋਈ ਸੁਲਾ ਨਹੀਂ ਕਰ ਰਹੇ ਔਰ ਪਾਕਿਸਤਾਨ ਦੀ ਸਪੋਰਟ ਕਰਨ ਵਾਲੇ ਅਲੱਗਵਾਦੀ ਨੇਤਾ ਜਲਾਨੀ ਜਾਂ ਹੋਰ ਜਿੰਨੇ ਵੀ ਯਾਸਿਨ ਮਲਿਕ ਵਗੈਰਾ ਉਹਨਾਂ ਦੇ ਕੇਸ ਚੱਲ ਰਹੇ ਨੇ ਵੀ ਤੁਹਾਨੂੰ ਫੰਡਿੰਗ ਕਿੱਥੋਂ ਆਈ ਪੈਸਾ ਕਿੱਥੋਂ ਆਇਆ ਪਹਿਲਾਂ ਉਹਨਾਂ ਨੂੰ ਲਾਲ ਕਾਰਪੈਟ ਤੇ ਸਵਾਗਤ ਕੀਤਾ ਜਾਂਦਾ ਸੀ ਇਹ ਸਵਾਲ ਨੂੰ ਪੋਲੀਟੀਕਲ ਨਾ ਸਮਝਿਆ ਜਾਵੇ ਵੀ ਮੈਂ ਸ਼ਾਇਦ ਕਿਸੇ ਪਾਰਟੀ ਦੀ ਗੱਲ ਕਰ ਰਿਹਾ ਮੈਂ ਇੱਕ ਹਿੰਦੁਸਤਾਨੀ ਹੋ ਕੇ ਗੱਲ ਕਰ ਰਿਹਾ ਵੀ ਉਹਦੇ ਲਈ ਪਾਕਿਸਤਾਨ ਦੇ ਨਾਲ ਸਾਡੀ ਲੜਾਈ ਖੁੱਲੀ ਹੈ ਜੇ ਸਾਡੇ ਹੋਰ ਜਵਾਨਾਂ ਨੂੰ ਵੀ ਸ਼ਹਾਦਤ ਦਾ ਜਾਮ ਪੀਣਾ ਪੈਂਦਾ ਸਾਨੂੰ ਵੀ ਪੀਣਾ ਪੈਂਦਾ ਸਾਨੂੰ ਕੋਈ ਦਿੱਕਤ ਨਹੀਂ ਪਰ ਪਾਕਿਸਤਾਨ ਨੂੰ ਅਸੀਂ ਚਣੇ ਜ਼ਰੂਰ ਚਬਾ ਰਹੇ ਹਾਂ ਔਰ ਅੱਗੇ ਫਿਰ ਚਣੇ ਚਬਾਵਾਂਗੇ ਪਾਕਿਸਤਾਨ ਸਰ ਹਿੰਦੁਸਤਾਨ ਦੇ ਜਿਹੜੇ ਹੈਗੇ ਆਪਣੇ ਮਿਲਟਰੀ ਹੈ ਜਾਂ ਪੈਰਾਮਿਲਟਰੀ ਫੋਰਸਸ ਹੈਗੀਆਂ ਉਹਨਾਂ ਦੇ ਜਵਾਨਾਂ ਵਾਸਤੇ ਤੁਸੀਂ ਅੱਜ ਇਸ ਮੰਚ ਤੋਂ ਵੀ ਮੰਗ ਕਰਦੇ ਹੋ ਸਪੈਸ਼ਲ ਕੋਈ ਉਹਨਾਂ ਵਾਸਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਜਦੋਂ ਅਸੀਂ ਕਾਕਾ ਜੀ ਨੇ ਅਸੀਂ ਸਭ ਤੋਂ ਮਿਲ ਕੇ ਪਹਿਲਾਂ ਸੰਘਰਸ਼ ਸ਼ੁਰੂ ਕੀਤਾ ਸੀ ਜਦੋਂ ਕਾਰਗਿਲ ਦਾ ਯੁੱਧ ਹੋਇਆ ਤੇ ਉਦੋਂ ਜਵਾਨਾਂ ਦੀ ਸ਼ਹਾਦਤ ਦੀ ਕੀਮਤ ਲਾਈ ਜਾਂਦੀ ਸੀ 70,000 ਦੇ ਦਿੱਤਾ 1,00,000 ਰੁਪਇਆ ਦੇ ਦਿੱਤਾ ਕੋਈ ਸਰਕਾਰ ਨੇ ਕਿਹਾ ਸੀ 50,000 ਦੇਵਾਂਗੇ ਉਦੋਂ ਅਸੀਂ ਸਭ ਤੋਂ ਪਹਿਲਾਂ ਕਾਕਾ ਜੀ ਨੇ ਅਸੀਂ ਮਿਲ ਕੇ ਦਿੱਲੀ ਵਿਗਿਆਨ ਭਵਨ ਫੰਕਸ਼ਨ ਕੀਤਾ ਸੀ ਅਸੀਂ ਕਾਰਗਿਲ ਦੇ ਵਿੱਚ ਪਰ ਫੈਮਿਲੀ ਨੂੰ ਜੇ ਸਰਕਾਰ 70,000 ਦਿੰਦੀ ਸੀ ਇਹਦੀ 2-2 ਲੱਖ ਦਾ ਐਲਾਨ ਕੀਤਾ ਸੀ ਐਲਾਨ ਦਾ ਮਤਲਬ ਪੈਸੇ ਨਹੀਂ ਦੇਣ ਦਾ ਐਲਾਨ ਕੀਤਾ ਸੀ ਉਹ ਸਾਡਾ ਫਰਜ਼ ਸੀਗਾ ਅਸੀਂ ਸਰਕਾਰਾਂ ਨੂੰ ਜਗਾਉਣ ਲਈ ਸਟੇਟ ਗੌਰਮੈਂਟ ਸੈਂਟਰ ਗੌਰਮੈਂਟ ਔਰ ਆਰਗੇਨਾਈਜੇਸ਼ਨ ਨੂੰ ਜਗਾਉਣ ਲਈ ਵੀ ਖੁੱਲ੍ਹ ਕੇ ਸਾਹਮਣੇ ਆਓ ਤੇ ਅੱਜ ਸਰਕਾਰਾਂ ਨੇ ਸਾਡਾ ਏਡਾ ਵੱਡਾ ਸਾਨੂੰ ਉਹ ਚ ਕਾਮਯਾਬੀ ਮਿਲੀ ਇੰਨੇ ਸੰਘਰਸ਼ਾਂ ਤੋਂ ਬਾਅਦ ਉਸ ਤੋਂ ਬਾਅਦ ਪਾਰਲੀਮੈਂਟ ਦਾ ਯੁੱਧ ਹੋਇਆ ਉੱਥੇ ਅਸੀਂ ਜਵਾਨਾਂ ਨੂੰ 5-5 ਲੱਖ ਰੁਪਏ ਦਿੱਤਾ ਸਰਕਾਰ ਦਿੰਦੀ ਸੀ 2-2 ਲੱਖ ਰੁਪਈਆ ਪੈਟਰੋਲ ਪੰਪ ਮਿਲੇ ਗੈਸ ਏਜੰਸੀਆਂ ਉਹਨਾਂ ਨੂੰ ਮਿਲੀਆਂ ਅੱਜ ਇਹ ਪੋਜੀਸ਼ਨ ਸਾਡੀ ਜਿਹੜੀ ਮਿਹਨਤ ਸੀ ਉਸ ਵੇਲੇ ਜੋ ਰੰਗ ਲਿਆਈ ਨੇ ਸੈਂਟਰ ਗੌਰਮੈਂਟ 1 ਕਰੋੜ ਦਿੰਦੀ ਹੈ ਔਰ ਕਈ ਸਟੇਟਾਂ 'ਚ ਸਰਕਾਰ 50 ਲੱਖ ਦਿੰਦੀ ਹੈ ਕਈ ਸਟੇਟਾਂ 'ਚ ਸਰਕਾਰ 1 ਕਰੋੜ ਦਿੰਦੀ ਹੈ ਸੈਂਟਰ 1 ਕਰੋੜ ਸੈਂਟਰ 1 ਕਰੋੜ ਸਟੇਟ 2 ਕਰੋੜ ਹੋ ਗਿਆ ਨਾਲ ਨੌਕਰੀ ਦਿੰਦੀ ਹੈ ਤਾਂ ਸਾਡੀ ਜਿਹੜੀ ਉਹ ਕ੍ਰਾਂਤੀ ਸੀ ਜਿਹੜੀ ਇੱਕ ਸੰਘਰਸ਼ੀ ਸ਼ੁਰੂਆਤ ਕੀਤੀ ਸੀ ਸਾਨੂੰ ਕਾਮਯਾਬੀ ਮਿਲੀ ਹੈ ਔਰ ਅਸੀਂ ਬਿਲਕੁਲ ਅਲਰਟ ਰਹਿੰਦੇ ਹਾਂ ਉਹਨਾਂ ਪਰਿਵਾਰਾਂ ਲਈ ਸਾਡੇ ਸਾਹਮਣੇ ਕੋਈ ਉਹੋ ਜਿਹੀ ਪੋਜੀਸ਼ਨ ਆਉਂਦੀ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਠੀਕ ਹੈ ਸਰ ਪੰਜਾਬ 'ਚ ਵੀ ਕੁਛ ਹੁਣ ਜਿੱਦਾਂ ਸੋਸ਼ਲ ਮੀਡੀਆ 'ਚ ਦੇਖਿਆ ਜਾਂਦਾ ਜਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਆਇਆ ਕਿ ਪੰਜਾਬ 'ਚ ਕੋਈ ਗਰਮ ਖਿਆਲੀ ਹੱਲ ਆ ਜਿਹੜੇ ਜਥੇਬੰਦੀਆਂ ਨੇ ਉਹ ਮੁੜ ਕੇ ਖਾਲਿਸਤਾਨ ਦੀ ਮੰਗ ਨੂੰ ਦੇਖੋ ਇਹ ਸਾਨੂੰ ਨਾ ਤਾਂ ਮੇਰਾ ਵੈ ਹਿੰਦੁਸਤਾਨ ਆਜ਼ਾਦ ਹੈ ਲੋਕਤੰਤਰ ਹੈ ਖਾਲਿਸਤਾਨ ਦਾ ਬਣਿਆ ਨਾ ਬਣੂ ਨਾ ਬਣੇਗਾ ਇਹ ਤਾਂ ਗੱਲ ਪੱਕੀ ਅਸੀਂ ਤਾਂ ਸੁਣ ਸੁਣ ਕੇ ਥੱਕ ਗਏ ਖਾਲਿਸਤਾਨ ਦੀ ਗੱਲ ਕੋਈ ਨਹੀਂ 10 ਬੰਦੇ ਨੇ ਖਾਲਿਸਤਾਨ ਦੇ ਨਾਰੇ ਲਾਉਣ ਵਾਲੇ ਉਹਨੂੰ ਨਾ ਅਖਬਾਰਾਂ ਹਾਈਲਾਈਟ ਕਰਨ ਤੇ ਨਾ ਸਾਨੂੰ ਚਾਹੀਦਾ ਚੈਨਲ ਹਾਈਲਾਈਟ ਕਰਨ ਜਦੋਂ ਅਸੀਂ ਹਾਈਲਾਈਟ ਹੀ ਨਹੀਂ ਕਰਾਂਗੇ ਗੱਲ ਹੀ ਕੋਈ ਨਹੀਂ ਪੰਜਾਬ ਸਾਡਾ ਬੜਾ ਵਧੀਆ ਪੰਜਾਬ ਹੈ ਇੱਥੇ ਕੋਈ ਖਾਲਿਸਤਾਨ ਦੀ ਗੱਲ ਨਹੀਂ ਇਹ ਸਿਰਫ ਕਈ ਲੋਕ ਨੇਤਾਗਿਰੀ 'ਚ ਪਾਉਂਦੇ ਕਈ ਗਨਮੈਨ ਲੈਣ ਦੀ ਇਹੋ ਜਿਹੇ ਨਾਰੇ ਦਿੰਦੇ ਨੇ ਵੀ ਖਾਲਿਸਤਾਨ ਦੇ ਖਿਲਾਫ਼ ਬੋਲਾਂਗੇ ਸਾਨੂੰ 4 ਸੁਰੱਖਿਆ ਦੇ ਗਾਰਡ ਮਿਲ ਜਾਣਗੇ ਕਈ ਜਿਹੜੇ ਨੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਆਉਂਦੀ ਹੈ ਅਸੀਂ ਕਨਫਿਊਜ਼ਨ 'ਚ ਆ
ਅਸੀਂ ਪੋਲੀਟੀਸ਼ੀਅਨ ਕਨਫਿਊਜ਼ਨ ਚ, ਅਸੀਂ ਬਿਜ਼ਨਸਮੈਨ ਕਨਫਿਊਜ਼ਨ ਚ, ਅਸੀਂ ਪਬਲਿਕ ਦੇ ਲੋਕ ਕਨਫਿਊਜ਼ਨ ਚ। ਸਰਕਾਰ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ, ਕਿਹੜੇ ਬੰਦੇ ਨੇ ਗੰਨਮੈਨ ਲੈਣ ਦੀ ਖਾਤਰ ਖਾਲਿਸਤਾਨ ਦਾ ਹਊਆ ਪੈਦਾ ਕਰਦੇ ਨੇ, ਉਹ ਕਿਹੜੇ ਬੰਦੇ ਨੇ ਜਿਹੜੇ ਪੈਸੇ ਇਕੱਠੇ ਕਰਨ ਲਈ ਵਿਦੇਸ਼ਾਂ ਚੋਂ ਪਾਕਿਸਤਾਨ ਤੋਂ ਕਹਿੰਦੇ ਖਾਲਿਸਤਾਨ ਬਣਾਵਾਂਗੇ, ਚਾਰ ਬੰਦੇ ਉਧਰ ਦੇ ਚਾਰ ਬੰਦੇ ਗੰਨਮੈਨ ਲੈਣ ਵਾਲੇ, ਤੇ ਭੰਬਲ ਭੂਸੇ ਸਾਰੇ ਪੰਜਾਬ ਨੂੰ, ਹਿੰਦੁਸਤਾਨ ਦੀ ਰਾਜਨੀਤਿਕ ਪੋਲੀਟੀਕਲ ਪਾਰਟੀਆਂ ਨੂੰ ਪਾਇਆ। ਇਹ ਕੜਵਾ ਸੱਚ ਹੈ। ਤੁਸੀਂ ਮੇਰਾ ਕਦੀ ਬਿਆਨ ਪੰਜਾਬ ਚ ਹੁਣ ਸੁਣਿਆ? ਚਲੋ, ਸਾਡੇ ਪੰਜਾਬ ਚ ਅਮਨ ਸ਼ਾਂਤੀ, ਸਾਡੀ ਪੁਲਿਸ ਫੋਰਸਿਸ ਵਧੀਆ ਕੰਮ ਕਰ ਰਹੀ ਹੈ, ਉਹਦੇ ਚ ਕੋਈ ਕਮੀ ਨਹੀਂ, ਤੇ ਫਿਰ ਅਸੀਂ ਇਹੋ ਜਿਹੀ ਗੱਲ ਕਿਉਂ ਵਾਰ ਵਾਰ ਕਹੀਏ? ਐ ਹੋ ਜੇ ਉਹ, ਤੁਸੀਂ ਸਵਾਲ ਦਾ ਜਵਾਬ ਮੈਂ ਤੁਹਾਨੂੰ ਦਿੱਤਾ, ਨਾ ਪੁੱਛੇ ਸ਼ਾਇਦ ਮੈਂ ਨਾ ਬੋਲਦਾ। ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ, ਜਿਹੜੀ ਚੀਜ਼ ਅਸੀਂ ਮੰਨ ਨਹੀਂ ਸਕਦੇ, ਅਸੀਂ ਉਹਦੇ ਲਈ ਆਪਣਾ ਦੇਸ਼ ਲਈ, ਪੰਜਾਬ ਲਈ ਆਪਣਾ ਸਰੀਰ ਦਾ ਹਿੱਸਾ ਦਿੱਤਾ, ਅਸੀਂ ਅੱਗੇ ਵੀ ਦੇਣ ਨੂੰ ਤਿਆਰ ਹਾਂ। ਪਰ ਉਹ ਮੁੱਦਾ ਹੀ ਨਹੀਂ ਕੋਈ, ਤੇ ਚੰਦ ਲੋਕ ਨੇ ਜਿਹੜੇ ਪੰਜਾਬ ਚ ਦਹਿਸ਼ਤ ਪੈਦਾ ਕਰਦੇ ਦੋਨੋਂ ਪਾਸੇ। ਪਰ ਇੱਕ ਗੱਲ ਮੈਂ ਜ਼ਰੂਰ ਅੱਜ ਕਹਾਂਗਾ ਕਿ ਜੋ ਪੰਜਾਬ ਦੀ ਅਸੈਂਬਲੀ ਦੇ ਵਿੱਚ ਜੋ ਕੁਛ ਅੱਜ ਕੱਲ ਹੋ ਰਿਹਾ, ਸਾਨੂੰ ਇਹਦੇ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਾਨੂੰ ਸਾਰੀਆਂ ਰਾਜਨੀਤਿਕ ਪੋਲੀਟੀਕਲ ਪਾਰਟੀਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ, ਅਸੀਂ ਸਭ ਨੇ ਬੜੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਨਾਲ, 36,000 ਬੇਗੁਨਾਹਾਂ ਦਾ ਕਤਲੇਆਮ ਹੋਇਆ, ਪੁਲਿਸ ਦੇ ਜਵਾਨ ਸ਼ਹੀਦ ਹੋਏ, ਆਮ ਪਬਲਿਕ ਸ਼ਹੀਦ ਹੋਈ, ਸਾਨੂੰ ਉਹਨਾਂ ਵੱਲ ਦੇਖਦੇ ਹੋਏ ਬੜੀ ਮੁਸ਼ਕਲ ਅਸੀਂ ਸਾਰਿਆਂ ਨੇ ਪੰਜਾਬ ਨੂੰ ਠੀਕ ਕੀਤਾ। ਜਿਹੜੀ ਪੰਜਾਬ ਦੀ ਅਸੈਂਬਲੀ ਹੈ ਉਹਨੂੰ ਤਮਾਸ਼ਬੀਨੀ ਦੇ ਅੱਡੇ ਨਾ ਬਣਾਈਏ, ਅਸੈਂਬਲੀ ਨੂੰ ਅਸੈਂਬਲੀ ਰਹਿਣ ਦਈਏ, ਤੇ ਪੰਜਾਬ ਦੇ ਪੁਰਾਣੇ ਪੰਜਾਬ ਚ ਜਦੋਂ ਖੂਨ ਦੀਆਂ ਨਦੀਆਂ ਵਹਿ ਰਹੀਆਂ ਸੀ ਅਸੀਂ ਬੜੀ ਮੁਸ਼ਕਲ ਠੀਕ ਕੀਤਾ, ਉਹਨੂੰ ਆਪਾਂ ਖਰਾਬ ਨਾ ਕਰੀਏ। ਆਪਾਂ ਮੀਡੀਆ ਪੋਲੀਟਿਕਸ ਕਰਦੇ ਹੋਏ, ਆਪਾਂ ਫੋਟੋ ਪੋਲੀਟਿਕਸ ਕਰਦੇ ਹੋਏ, ਆਪਾਂ ਰੋਜ਼ ਮੀਡੀਆ ਦੇ ਵਿੱਚ ਆਉਣ ਲਈ ਇਹੋ ਜਿਹੇ ਕੰਮ ਨਾ ਕਰੀਏ ਜਿਹਦੇ ਨਾਲ ਲੋਕਾਂ ਚ ਸਾਡੇ ਰਾਜਨੀਤਿਕ ਲੋਕਾਂ ਦਾ ਵਿਸ਼ਵਾਸ ਟੁੱਟ ਜਾਵੇ। ਅਸੀਂ ਵਿਕਾਸ ਦੀ ਗੱਲ ਕਰੀਏ, ਅਸੀਂ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਕਰੀਏ। ਮੈਂ ਵੀ ਤਾਂ ਤੁਹਾਡੇ ਸਾਹਮਣੇ ਅਸੀਂ ਅਮਨ ਸ਼ਾਂਤੀ ਕੀਤਾ, ਸਾਰਿਆਂ ਨੂੰ ਨਮਸਕਾਰ ਕੀਤਾ, ਪੂਰੇ ਦੇਸ਼ ਦੇ ਕੋਨੇ ਕੋਨੇ ਚਲੇ ਗਏ। ਕਦੀ ਸਾਤੋਂ ਪੁੱਛੋ ਵੀ ਅਸੀਂ ਕੋਈ ਗੰਦੀ ਪੋਲੀਟਿਕਸ ਕੀਤੀ? ਅਸੀਂ ਗੋਲੀਆਂ ਬੰਬ ਖਾਧੀਆਂ, ਅਮਨ ਸ਼ਾਂਤੀ ਕੀਤਾ, ਪੰਜਾਬ ਛੱਡ ਦਿੱਤਾ ਇਹਨਾਂ ਲੋਕਾਂ ਲਈ। ਜੇ ਅਸੀਂ ਪੰਜਾਬ ਇਹਨਾਂ ਲੋਕਾਂ ਲਈ ਛੱਡ ਦਿੱਤਾ, ਸਾਰਿਆਂ ਨੇ ਕੁਰਬਾਨੀਆਂ ਦਿੱਤੀਆਂ, ਤੇ ਕਮ ਸੇ ਕਮ ਹੱਥ ਜੋੜ ਕੇ ਮੇਰੀ ਬੇਨਤੀ, ਉਹਨੂੰ ਸਾਂਭ ਕੇ ਤਾਂ ਰੱਖੋ, ਉਹਨਾਂ ਸ਼ਹਾਦਤਾਂ ਦਾ ਅਪਮਾਨ ਤਾਂ ਨਾ ਕਰੋ। ਰਾਜਨੀਤੀ ਇਹੋ ਜਿਹੀ ਕਰੋ ਵੀ ਲੋਕ ਸਾਤੋਂ ਸਿੱਖਣ, ਇਹ ਰੋਜ਼ ਤੂੰ ਮੈਂ ਇਹ ਪੰਜਾਬ ਲਈ ਠੀਕ ਨਹੀਂ, ਇਹ ਪੰਜਾਬ ਲਈ ਨੁਕਸਾਨਦਾਇਕ ਚੀਜ਼ ਸਾਬਤ ਹੋ। ਬਹੁਤ ਵਧੀਆ ਸਵਾਲ ਪੁੱਛਿਆ, ਥੈਂਕ ਯੂ। ਸਾਨੂੰ ਸਾਰੇ ਪੰਜਾਬ ਦੇ ਸਾਰੇ ਨੂੰ ਸੀਰੀਅਸ ਪੋਲੀਟਿਕਸ ਕਰਨੀ ਚਾਹੀਦੀ, ਜਿਹੜੀ ਅਸੀਂ ਕੀਤੀ, ਕਰਕੇ ਅਸੀਂ ਲੋਕਾਂ ਨੂੰ ਦੱਸਿਆ ਵੀ ਸਾਡੀ ਆਹ ਸੀਰੀਅਸ ਪੋਲੀਟਿਕਸ, ਸਾਡਾ ਕੋਈ ਮਤਲਬ ਨਹੀਂ। ਹੁਣ ਤੁਸੀਂ ਦੱਸੋ, ਜਦੋਂ ਦੀ ਸਰਕਾਰ ਬਣੀ ਹੈ, ਜਦੋਂ ਦੀ ਸਰਕਾਰ ਬਣੀ ਹੈ, ਆਪਾਂ ਜਿੰਨੀ ਵਾਰੀ ਵੀ ਰੌਲਾ ਹੀ ਪਿਆ, ਕਿਹੜੀ ਆਪਾਂ ਸ਼ਾਂਤੀ ਨਾਲ ਅਸੈਂਬਲੀ ਚੱਲਣ ਦਿੱਤੀ? ਸਾਨੂੰ ਸਾਰਿਆਂ ਨੂੰ ਆਪਣਾ ਰਾਜਨੀਤੀ ਨੂੰ ਇੱਕ ਸੀਰੀਅਸ ਪੋਲੀਟਿਕਸ ਬਣਾ ਕੇ ਚੱਲਣ ਦੀ ਲੋੜ ਹੈ। ਪੰਜਾਬ ਜਿਹੜਾ ਸਾਡਾ, ਸਾਰੀਆਂ ਪੋਲੀਟੀਕਲ ਪਾਰਟੀਆਂ ਦਾ, ਸਾਰਿਆਂ ਦਾ ਸਾਡਾ ਸਾਂਝਾ। ਜੇ ਅਸੀਂ ਸਾਰੇ ਇਕੱਠੇ ਇੱਕ ਮੰਚ ਤੇ ਨਹੀਂ ਹੋਵਾਂਗੇ ਪੰਜਾਬ ਦੇ ਲਈ, ਅਮਨ ਸ਼ਾਂਤੀ ਦੀ ਗੱਲ ਖਤਮ। ਉਹ ਤਾਂ ਇੱਕ ਸਾਈਡ ਤੇ ਮੁੱਦਾ ਆ ਗਿਆ, ਅਮਨ ਸ਼ਾਂਤੀ ਹੈ ਪੰਜਾਬ ਦੇ ਵਿੱਚ, ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਦੀ ਬੇਰੁਜ਼ਗਾਰੀ, ਉਹ ਮੁੱਦਾ ਹੈ ਉਹਦੇ ਚ ਇਕੱਠੇ ਹੋਣ। ਤਮਾਸ਼ਾ ਕੀ ਮੈਂ ਸੁਣ ਕਹਿ ਰਿਹਾ ਜੀ ਫਲਾਣਾ ਮਾੜਾ, ਉਹ ਫਿਰ ਗੱਲ ਮੈਂ ਵੀ ਉਹ ਕੰਮ ਕਰਦਾ। ਮੈਂ ਕਹਿੰਦਾ ਸਾਰੇ ਆਪਾਂ ਆਪਣੇ ਆਪ ਦੇ ਵਿੱਚ ਪੁਰਾਣੀਆਂ ਸ਼ਹਾਦਤਾਂ ਨੂੰ ਲੈ ਕੇ, ਜਿਹੜਾ ਅਸੀਂ ਅਮਨ ਸ਼ਾਂਤੀ ਛੱਡਿਆ ਪੰਜਾਬ ਦੇ ਵਿੱਚ, ਉਹਨੂੰ ਸੰਭਾਲੋ। ਪਰ ਜੇ ਮੈਂ ਰਾਜਨੀਤੀ ਕੀਤੀ ਹੈ ਤੇ ਮੇਰੇ ਤੇ ਕਿੰਤੂ ਬਿੰਦੂ ਕਰੋ। ਅਸੀਂ ਅਮਨ ਸ਼ਾਂਤੀ ਕਰਕੇ ਦੇ ਕੇ ਤੇ ਚਲੇ ਗਏ ਪੂਰੇ ਦੇਸ਼ ਦੇ ਕੋਨੇ ਕੋਨੇ ਚ, ਹੁਣ ਇਹਨੂੰ ਤਮਾਸ਼ਬੀਨੀ ਦੇ ਅੱਡੇ ਨਾ ਬਣ ਦਈਏ, ਇਹਨੂੰ ਸੰਭਾਲੀਏ ਪੰਜਾਬ ਦੇ ਲੋਕਾਂ ਲਈ, ਪੰਜਾਬ ਦੀ ਯੁਵਾ ਪੀੜ੍ਹੀ ਲਈ ਸੰਭਾਲੀਏ। ਮੈਂ ਇਹ ਕਹਿਣਾ ਪਰ ਆਜ਼ਾਦ ਵਿਚਾਰਧਾਰਾ ਦਾ ਕਾਂਗਰਸੀ, ਕੁਰਸੀ ਸੱਤਾ ਦਾ ਕਾਂਗਰਸੀ ਨਹੀਂ, ਇਲੈਕਸ਼ਨ ਲੜਨ ਦਾ ਕਾਂਗਰਸੀ ਨਹੀਂ, ਆਜ਼ਾਦ ਵਿਚਾਰਧਾਰਾ ਦਾ ਕਾਂਗਰਸੀ। ਉਹ ਪੁਰਾਣਾ ਸੀ, ਮੈਂ ਤਾਂ ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਜੀ ਦੇ ਟਾਈਮ ਦਾ। ਨਹੀਂ, ਤੁਹਾਡੀ ਪਾਰਟੀ ਰਾਹੀਂ ਜਿਹੜੇ ਦਲ ਬਦਲਾਅ ਨੂੰ, ਮਤਲਬ ਇਹਦੇ ਚ ਬਣਾਇਆ ਜਾਂਦਾ ਹੈ, ਜੋਰ ਕੀਤਾ ਜਾਂਦਾ ਹੈ, ਜੋਰ ਕੀਤਾ ਜਾਂਦਾ ਤੇ ਪਹਿਲੇ ਵਾਰੀ ਹੀ ਉਹਨਾਂ ਨੂੰ ਮੰਤਰੀ ਬਣਾਇਆ ਜਾਂਦਾ। ਮੇਰੀ ਗੱਲ ਨਿਊ ਕਮਰ ਦੇਖੋ, ਮੇਰੀ ਐਡੀ ਫਸਟ ਇੰਸਟੈਂਸ ਤੇ ਨਾ, ਮੇਰਾ ਇਹਦੇ ਚ ਕੋਈ ਰੋਲ ਹੈ ਨਾ, ਮੇਰੇ ਕੋਲ ਤੁਹਾਡਾ ਨਹੀਂ ਰੋਲ, ਬਟ ਵਰਸ਼ਿਪ ਉਹਨਾਂ ਦੀ। ਦੇਖੋ, ਮੈਂ ਗੰਦੀ ਪੋਲਿਟਿਕਸ, ਮਹਾਰਾਜ ਮਹਾਰਾਜ ਤੁਸੀਂ ਉਹਦੇ ਹੁੰਦੇ ਕਿਸੇ ਟਾਈਮ ਉਹਨਾਂ ਦੇ ਤੁਸੀਂ ਰੋਲ ਰਹੇ ਹੋ, ਮਤਲਬ ਰਹੇ ਹੋ।
ਉਹਨਾਂ ਨੂੰ ਖਵਾਰ ਦੇਣੀ।